ਲਓ ਜੀ ਅਸਲਾਮ ਵਾਲੇਕੁਮ ਜਨਾਬ, ਸਾਡਾ ਦੋਸਤ ਹੈ ਜੀ, ਇੱਕ ਮੁਸ਼ਕਾ ਘੋੜਾ ਉਹਦੇ ਕੋਲ ਹੈਗਾ ਜੇ, ਰੇੜੇ ਦੇ ਵਿੱਚ ਲੱਗਿਆ ਹੋਇਆ, ਰੋਜ਼ੀ ਰੋਜ਼ੀ ਵਾਸਤੇ ਜੇਕਰ ਕਿਸੇ ਨੂੰ ਚਾਹੀਦਾ ਹੋਵੇ ਸਸਤੇ ਪੈਸਿਆਂ ਦੇ ਵਿੱਚ ਜਨਾਬ, ਘੋੜਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਜੇ। ਮੁਸ਼ਕੇ ਰੰਗ ਦਾ ਹੈਗਾ ਜੇ ਅਤੇ ਰੋਜ਼ੀ ਕਰ ਸਕਦਾ, ਖੂਬਸੂਰਤ ਹੈਗਾ, ਪਿੰਡੇ ਦਾ ਅੱਛਾ ਹੈਗਾ, ਪਿੰਡਾ ਐਕਟਿਵ ਹੈਗਾ, ਠੀਕ ਹੈ। ਅਤੇ ਅਸੀਂ ਆ ਤੁਹਾਡੀ ਮੁਲਾਕਾਤ ਕਰਾਉਣੇ ਆ, ਆਪਣਾ ਨਾਂ ਦੱਸ ਚੰਦ। ਕੀ ਨਾਂ ਤੇਰਾ? ਸਰਫਰਾਜ਼। ਅੱਛਾ ਸਰਫਰਾਜ਼, ਇਹਦੀ ਉਮਰ ਕਿੰਨੀ ਹੋ ਗਈ? ਮੇਰੇ ਖਿਆਲ 5 ਸਾਲ ਤੋਂ ਉੱਤੇ ਹੋ ਗਿਆ। 6-7 ਸਾਲ ਦਾ ਤਕਰੀਬਨ। ਹਾਂ, ਅਤੇ ਇਹਦੇ ਵੀਰ ਜੀ ਕਿੰਨੇ ਪੈਸੇ ਮੁਨਾਸਬ? ਕਿੰਨੇ ਪੈਸੇ? 70,000। ਬੜੀ ਸੋਹਣੀ ਗੱਲ ਹੈ। ਅਤੇ ਆਪਣਾ ਐਡਰੈਸ ਕੀ ਹੈ? ਸਰਗੋਦਾ। ਆਪਣਾ ਨੰਬਰ ਵੀ ਦੱਸ ਦੇ। 0300 4558 6674। ਸਰ ਕੀ ਸਰਫਰਾਜ਼ ਦੱਸਿਆ ਜੀ? ਲਓ ਜੀ, ਸਰਫਰਾਜ਼ ਸਰਗੋਧੇ ਤੋਂ ਆਇਆ ਜਨਾਬ, ਇਹ ਮੁਸ਼ਕੇ ਰੰਗ ਦਾ ਘੋੜਾ ਜੀ, 70,000 ਰੁਪਇਆ ਜਨਾਬ ਇਹਦੀ ਪ੍ਰਾਈਜ਼ ਹੈਗੀ ਜੇ। ਇਹ ਦੇਖੋ ਸਾਹਮਣੇ ਸਰਫਰਾਜ਼, ਥੱਕਿਆ ਤਾਂ ਤੂੰ ਪਿਆ, ਥੋੜ੍ਹਾ ਜਿਹਾ ਟੋਰ ਕੇ ਉਹਨਾਂ ਨੇ ਆਵੇਗਾ। ਹੋਰ ਵੀ ਤੋੜੇ ਨੇ, ਤਿੰਨ ਚਾਰ ਹੋਰ ਵੀ ਨੇ ਘਰ ਨੇ। ਤੇ ਕਿੱਥੇ ਨੇ ਉਹ? ਤੇ ਚੰਗੀ ਸ਼ਾਇਦ ਘਰੇ ਛੱਡ ਆਇਆ ਮੰਡੀ ਤੋਂ, ਉਹ ਦੂਜੀ ਉਹਨਾਂ ਲੈਣ ਦੀ। ਟੋਟੋ ਰਹੇ ਨੂੰ ਲਓ ਜੀ, ਇਹ ਜੇ 70,000 ਰੁਪਈਏ ਦਾ, 70,000 ਰੁਪਏ ਦਾ ਜਨਾਬ ਘੋੜਾ ਹੈਗਾ ਜੇ। ਅਤੇ ਨੰਬਰ ਸਰਫਰਾਜ਼ ਦਾ ਜਨਾਬ ਤੁਹਾਡੇ ਕੋਲ ਆ ਗਿਆ, ਅਤੇ ਇਨਸ਼ਾਅੱਲਾ ਦਿਆ ਦਾ ਮੈਂ ਇਹਨੂੰ ਜੀ, ਤੁਹਾਨੂੰ ਤੇਰੀ ਦੌੜ ਨਹੀਂ ਲਵਾਉਂਦਾ, ਥੱਕਿਆ ਪੇ ਤੂੰ ਆ ਜਾ। ਅਤੇ ਲਓ ਜਨਾਬ, ਬਹੁਤ ਸ਼ੁਕਰੀਆ ਸਰਫਰਾਜ਼। ਅਤੇ ਲਓ ਵੀਰ ਜੀ, ਹੋਰ ਇਨਸ਼ਾਅੱਲਾ ਤਾਲਾ ਤੁਹਾਨੂੰ ਚੈੱਕ ਕਰਾਉਣੇ ਆ ਜਾਨਵਰ, ਅਤੇ ਇਨਸ਼ਾਅੱਲਾ ਤਾਲਾ ਸਾਡੇ ਨਾਲ ਤੁਸੀਂ ਰਿਹਾ ਜੇ। ਹਾਂਜੀ, ਅਸਲਾਮ ਵਾਲੇਕੁਮ ਜੀ। ਸ਼ੁਕਰ ਹੈ ਬੇਟਾ ਜੀ, ਤੁਸੀਂ ਸੁਣਾਓ, ਖੈਰ ਖਰੀਅਤ ਹੈ ਜੀ? ਜੀ ਜੀ, ਮੈਂ ਮੰਡੀ ਹਾਂ। ਨਹੀਂ ਜਨਾਬ, ਹਾਲੇ ਤਾਂ ਮੈਂ ਵਿਜ਼ਿਟ ਕਰਦਾ ਪਿਆ, ਦੇਖਦੇ ਹਾਂ, ਹਾਲੇ ਮੰਡੀ ਆਏ, ਹਾਲੇ ਦੇਖ ਰਿਹਾ, ਮੰਡੀ ਛੋਟੀ ਤਾਂ ਨਹੀਂ, ਵੱਡੀ ਕਾਫੀ ਮੰਡੀ, ਇੱਕ ਪਾਸੋਂ ਮੈਂ ਲੱਗਿਆ ਹੋਇਆ, ਕੋਈ ਆਉਂਦਾ ਤਾਂ ਫਿਰ ਮੈਂ ਇਨਸ਼ਾਅੱਲਾ, ਖੈਰ ਕਿ ਤੁਸੀਂ ਫੋਨ ਕਰ ਲਿਆ, ਮੈਂ ਦੱਸ ਦਿਆਂਗਾ ਤੁਹਾਨੂੰ ਜੀ। ਵਟਸਐਪ ਦਾ ਇਹੋ ਹੀ ਨੰਬਰ ਹੈ ਜਨਾਬ ਮੇਰਾ। ਬਹੁਤ ਸ਼ੁਕਰੀਆ। ਲਓ ਜੀ, ਇਹਦੀ ਗੱਲਬਾਤ ਕਰੀਏ, ਇਹ ਘੋੜੇ ਦੀ, ਮੁਸ਼ਕੇ ਰੰਗ ਦਾ ਜਨਾਬ ਹੈ, ਦੁਸ਼ਹਿਰਾ ਜੇ। ਵੀਰ ਜੀ, ਕਿੰਨੇ ਪੈਸੇ ਦਿੰਦੇ? ਮਾਲਕ ਕੋ ਨਹੀਂ? ਅੱਛਾ ਜੀ, ਬਹੁਤ ਸ਼ੁਕਰੀਆ ਜੀ। ਲਓ ਜਨਾਬ, ਮਾਸ਼ਾਅੱਲਾ ਜੀ ਜੀ, ਬਿਸਮਿਲ੍ਲਾ। ਲਓ ਜਨਾਬ, ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੇ, ਇੱਥੇ ਤੁਹਾਨੂੰ ਜਾਨਵਰ ਜਿਹੜੇ ਨੇ ਹਰ ਤਰੀਕੇ ਦਾ ਇੱਥੇ ਜਨਾਬ ਲੱਭ ਜਾਏਗਾ। ਇੱਕ ਸਾਵੀ ਘੋੜੀ ਹੈ ਖਲੋਤੀ ਹੋਈ ਜੀ, ਇਹ ਸਾਵੀ ਘੋੜੀ, ਇਹਦਾ ਅਸੀਂ ਰੇਟ ਸ਼ੇਟ ਪਤਾ ਕਰਨਾ ਕਿ ਇਹ ਸਾਵੀ ਘੋੜੀ ਦਾ ਰੇਟ ਸ਼ੇਟ ਕੀ। ਨਾ ਮਾਰਿਆ ਘਰ ਟੰਬਾ, ਨਾ ਮਾਰਿਆ ਘਰ, ਠੀਕ ਹੈ। ਹਾਂ, ਇਹ ਮੈਂ ਤੈਨੂੰ ਇਹਦੇ ਬਾਰੇ 'ਚ ਤੈਨੂੰ ਮੈਂ ਦੱਸਾਂ, ਓਏ ਹੋਏ ਹੋਏ, ਤੂੰ ਯਕੀਨ ਕਰ, ਜੇ ਮੈਂ ਤੈਨੂੰ ਦੱਸਾਂ ਨਾ ਇਹ ਟੰਬਾ, ਤੂੰ ਆਪਦੇ ਮਾਰ ਕੇ ਇੱਥੇ ਹਿਸਾਬ ਪੂਰਾ ਕਰ ਲਵੇਂ। ਮੈਂ ਤੈਨੂੰ ਸਹੀ ਦੱਸੀ ਜਾਣਾ, ਠੀਕ ਹੈ ਜੀ, ਬਚ ਗਿਆ। ਕਿਉਂਕਿ ਜਾਨਵਰ ਨੂੰ ਖਾਸ ਤੌਰ ਦੇ ਉੱਤੇ ਜਾਨਵਰ ਨੂੰ ਮਾਰਨਾ, ਮਾਰ ਦੁਨੀਆ 'ਚ ਆਇਆ ਤੇਰੀ ਖਿਦਮਤ ਵਾਸਤੇ, ਇਹਨੂੰ ਮਾਰੇਗਾ ਇਹਦਾ ਹਿਸਾਬ ਵੀ ਹੈ ਐਂਡ 'ਤੇ। ਅੱਲਾ ਫਰਮਾਏਗਾ ਹੁਣ ਤੂੰ ਇਹਦਾ ਫੜ ਟੰਬਾ, ਤੇ ਮਾਰ। ਅੱਲਾ ਨੇ ਤੁਹਾਨੂੰ ਅਸ਼ਰ ਮਖਲੂਕਾਤ ਬਣਾਇਆ, ਤੁਹਾਡੀ ਖਿਦਮਤ ਦੇ ਵਿੱਚ ਇਹ ਕਰ ਦਿੱਤੇ ਜੇ। ਆਹ ਕਿੰਨੇ ਪੈਸੇ ਦਿੰਦੇ ਜੀ? ਕਹਿੰਦਾ 1,20,000। ਤੇ ਉਮਰ ਕਿੰਨੀ ਹੋ ਗਈ? ਲਓ ਜੀ, 1,20,000 ਰੁਪਈਆ ਜੀ ਖੀਰੀ ਹੈਗੀ ਜੇ। ਕੋਈ ਨੰਬਰ ਹੈਗਾ ਤੁਹਾਡਾ? ਮੋਬਾਈਲ ਨੰਬਰ ਹੈਗਾ ਜੇ? ਮੋਬਾਈਲ ਨੰਬਰ ਨਹੀਂ ਹੈਗਾ। ਤੇ ਆ ਸਾਵੀ ਵੀ ਤੁਹਾਡੀ, ਇਹਦੇ ਕਿੰਨੇ ਪੈਸੇ ਨੇ? 1,30,000। ਇਹ ਇਹਦਾ ਕਲਰ ਐਵੇਂ ਜਾਂ ਕੀ, ਖਾਰਿਸ਼ ਕੀ ਹੈ? ਅੱਛਾ, ਕਲਰ। ਲਓ ਜੀ, 1,30,000 ਰੁਪਈਆ ਹੈਗਾ ਜੀ। ਇਹ ਜਿਹੜੀ ਪਰਲੇ ਘੋੜੀ ਅੱਗੇ ਖੜੀ, 1,00,000 ਤੋਂ। ਅਤੇ ਲਓ ਜਨਾਬ, ਇਹ ਵਛੇਰੇ ਜਿਹੜੇ ਹੈਗੇ ਨੇ, ਇਹ ਤੁਹਾਨੂੰ ਦਿਖਾਉਂਦੇ ਹਾਂ ਜੀ। ਇਹ ਵਛੇਰਾ ਖੋਲੋ, ਇਹਦਾ ਰੇਟ ਸ਼ੇਟ ਪੁੱਛਣੇ ਜੀ, ਕਹਿੰਦਾ ਰੇਟ ਸ਼ੇਟ ਕੀ ਹੈ। ਵੀਰ ਜੀ, ਕਿੰਨੇ ਪੈਸੇ ਦਿੰਦੇ ਜੀ? ਜਨਾਬ, ਕਿੰਨੇ ਪੈਸੇ? 1,40,000। ਲਓ ਜੀ, 1,40,000 ਜੀ। ਲਓ ਜੀ, ਵਪਾਰੀ ਹੈਗੇ ਨੇ। ਲਓ ਜੀ, ਆ ਗਿਆ ਜੀ, ਆ ਗਿਆ।
लो जी, एक लख 40,000 रुपया जनाब। माशाल्लाह साढ़े गुजरात दे गुजरात मंडी गुजराले आ गए जी, तो गुजराले मंडी लगती वो लगती पई है मंगल वाले दिन जी लगती राह वाली घोड़े नहीं होंगे तो फिर ये गुजरात लेके जाऊंगे मंगवाल। तो लो जनाब माशाल्लाह यह घोड़े तो मैं दिखा रहे हैं, ये अक्सर जो ज़्यादातर जो व्यापारी ने जनाब वो उन्होंने खरीदे हुए हैं और मंडिया के उत्ते जनाब ये लैके जाएंगे। यह जो बंदे थले खड़ोते ने जनाब ए वाले यह जिन्हें जानवर लो जी इन्हों रेट शेट अभी तुम दस रहे हैं, जिस तरह का जानवर होंगे जनाब असी तुम उस तरह के रेट उनका वीडियो दसी दें। तो अस्सलाम वालेकुम जी, वीर जी इन्हें किन्ने पैसे जी घोड़े के, घोड़े के किन्ने पैसे? 62,000 रुपया। तो उम्र कितनी हो गई? 5 साल। लो जी 62,000 रुपया तो 5 साल जनाबे की उम्र हो गई जी। तो कोई लग्या लुग्या रेड़े रूड़े च कोरा? बिल्कुल जिन्हें हम लैना वो लावेगा फिर। तो कोई नंबर नंबर अपने को है जे? नहीं केड़ा जी? अच्छा पहले आ कर लिए तो फिर आते रहने। कोई नंबर है जे? मोबाइल नंबर है जे कोई? अच्छा आओ जी, केड़ा कुड़ी देखो कोई बंदा नाल, कोई नाल बंदा आवे तो फिर ही आना जी। नंबर है जी? पहले तू नंबर ही दस दे। 0340 ते किन्ने पैसे जे घोड़ी दे? 1.5 लाख। आओ जाओ हूँ पता चल रहा भाई, 1.5 लाख रुपया जी घोड़ी असं तुम चेक कराने है घोड़ी जी। डेढ़ लाख लो जी, 1.5 लाख से पिछे जरा ना उन्हें चपटा है यह देखो ये लत दे उत्ते दिस गया जना ये चपटा। तो लो जना माशाल्लाह तुहाडी वीडियो अच्छी लगी हो तो लाइक शेयर जरूर करे जी, तो इंशाल्लाह फिर तुहाडे नाल मुलाकात होगी अल्लाह दे हुक्म नाल। इजाजत चाहते जनाब, अल्लाह हाफिज़ फी मान अल्लाह जी।